ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੇਤੀਬਾੜੀ ਤੇ ਵਾਤਾਵਰਨ ਕੇਂਦਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਇੱਕ ਜਲ ਚੇਤਨਾ ਯਾਤਰਾ ਸ਼ੁਰੂ ਕੀਤੀ ਗਈ ਹੈ। ਸੋ ਇਸ ਯਾਤਰਾ ਦੇ ਤਹਿਤ ਅਸੀਂ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਅਤੇ ਮਾਹਰਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਇਹ ਜਾਣਾਂਗੇ ਕਿ ਪੰਜਾਬ ਦੇ ਵਿੱਚ ਜੋ ਵਾਤਾਵਰਨ ਦਾ ਜਾਂ ਪਾਣੀ ਦਾ ਸੰਕਟ ਆਇਆ ਹੋਇਆ ਉਹਦੇ ਕਾਰਨ ਕੀ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ। ਅੱਜ ਅਸੀਂ ਖਡੂਰ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਬਾਬਾ ਜੀ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਸਾਲ 1999 ਤੋਂ ਵਾਤਾਵਰਨ ਸੰਬੰਧੀ ਬਹੁਤ ਖਾਸ ਉਪਰਾਲੇ ਕੀਤੇ ਜਾ ਰਹੇ ਆ। ਵੱਡੀ ਪੱਧਰ ਦੇ ਉੱਪਰ ਰੁੱਖ ਇਸ ਕਾਰ ਸੇਵਾ ਦੀ ਸੰਸਥਾ ਦੇ ਵੱਲੋਂ ਇਸ ਸਾਰੇ ਇਲਾਕੇ ਦੇ ਵਿੱਚ ਜਦੋਂ ਤੁਸੀਂ ਆਓ ਤਾਂ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਕਿੰਨੀ ਵੱਡੀ ਪੱਧਰ ਦੇ ਉੱਪਰ ਇਹ ਕਾਰਜ ਹੋਇਆ ਆ। ਅਤੇ ਹਾਲੀਆ ਸਮੇਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਫੇਥ ਫੋਰ ਅਰਥ ਕਾਉਂਸਲਰ ਦੇ ਤੌਰ ਦੇ ਉੱਪਰ ਵੀ ਬਾਬਾ ਜੀ ਨੂੰ ਮਾਨਤਾ ਜਾਂ ਉਹਨਾਂ ਦੇ ਕਾਰਜਾਂ ਨੂੰ ਦਿੱਤੀ ਗਈ ਆ, ਉਹਨਾਂ ਨੂੰ ਇਹ ਖਿਤਾਬ ਜਿਹੜਾ ਉਹ ਮਿਲਿਆ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਮੇਰੇ ਖਿਆਲ 'ਚ ਇਸ ਸਮੇਂ ਦੇ ਦੌਰਾਨ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਇੱਕ ਵਾਤਾਵਰਨ ਦੇ ਸੰਕਟ ਦੇ ਵਿੱਚ ਘਿਰਿਆ ਹੋਇਆ ਕਿ ਜਿੱਥੇ ਸਮੁੱਚੀ ਜੀਵਨ ਹੋਣ ਦਾ ਖਤਰਾ ਜਿਹੜਾ ਆ ਉਹ ਉਜਾਗਰ ਹੋ ਕੇ ਸਾਹਮਣੇ ਆ ਰਿਹਾ, ਚਾਹੇ ਆਪਾਂ ਹਵਾ ਮਿੱਟੀ ਪਾਣੀ ਜਿਹੜੇ ਤਿੰਨ ਮੂਲ ਤੱਤ ਆ ਤਿੰਨੇ ਹੀ ਦੂਸ਼ਿਤ ਹੋਏ ਹੋਏ ਆ। ਤੁਸੀਂ ਇਹਦੇ ਪਿੱਛੇ ਕਾਰਨ ਨੇ ਜਿਹੜੇ ਉਹਨੂੰ ਕੀ ਮੰਨਦੇ ਹਾਂ ਕਿ ਕੁਦਰਤੀ ਤੌਰ ਦੇ ਉੱਪਰ ਅਜਿਹਾ ਵਾਪਰ ਰਿਹਾ ਹੈ ਜਾਂ ਮਨੁੱਖ ਦੇ ਅੰਦਰ ਕੁਝ ਬਿਰਤੀਆਂ ਇਸ ਤਰ੍ਹਾਂ ਦੀਆਂ ਪੈਦਾ ਹੋ ਗਈਆਂ ਜਿਹਦੇ 'ਚੋਂ ਇਹਨਾਂ ਚੀਜ਼ਾਂ ਨੂੰ ਭੋਗਣ ਦੀ ਜਿਹੜੀ ਜ਼ਿਆਦਾ ਦੌੜ ਹੈ ਵੀ ਉਹਦੇ ਵਿੱਚੋਂ ਇਹ ਵਾਪਰ ਰਿਹਾ, ਤੁਹਾਡੇ ਇਹਨਾਂ ਕਾਰਨਾਂ ਬਾਰੇ ਕੀ ਸਮਝਦੇ? ਮੈਂ ਤਾਂ ਆਪ ਜੀ ਬਹੁਤ ਵੱਡਾ ਉਪਰਾਲਾ ਗੁਰੂ ਸਾਹਿਬ ਦਾ ਉਲਟ ਆਸਣ ਲੈ ਕੇ ਸੱਚੇ ਪਾਤਸ਼ਾਹ ਜੀ ਤੋਂ ਅਰਦਾਸ ਕਰਕੇ ਸ਼ੁਰੂ ਕੀਤਾ ਹੈ ਜਾਗਰੂਕਤਾ ਦੇ ਲਈ। ਜਿਹੜਾ ਪੰਜਾਬ ਦੀ ਹੋਂਦ ਹੀ ਪੰਜਾਬ ਪਾਣੀਆਂ ਉੱਤੇ ਹੈ, ਵੈਸੇ ਸਾਰੇ ਪ੍ਰਾਂਤ ਰਾਜ ਬਣੇ ਨੇ ਪਰ ਜਿਹੜਾ ਪੰਜਾਬ ਦੀ ਹੋਂਦ ਉਹ ਪੰਜਾਂ ਦਰਿਆਵਾਂ ਦੇ ਨਾਲ ਜੁੜੀ ਹੋਈ ਹੈ। ਅਤੇ ਜੋ ਪਿਛਲੇ ਕਾਫੀ ਸਮੇਂ ਤੋਂ ਲਗਭਗ 40-50 ਸਾਲ ਤੋਂ ਇਸ ਬੰਨੇ ਰੁਝਾਨ ਜ਼ਿਆਦਾ ਹੋ ਗਿਆ ਲੋਕਾਈ ਦਾ, ਅਤੇ ਇਹ ਬਿਨਾਂ ਸੰਤੋਖ ਨਹੀਂ ਕੋਈ ਰਾਜੇ ਵਾਲੀ ਅਵਸਥਾ ਬਣੀ ਜੀਵ ਦੀ ਵੀ ਅਸੀਂ ਜਿਹੜੇ ਬਿਨਾਂ ਵਜ੍ਹਾ ਤੋਂ ਪਾਣੀ ਦੀ ਬਰਬਾਦੀ ਪਾਣੀ ਦੀ ਵੇਸਟਿੰਗ ਜਾਂ ਜੋ ਵੀ ਉਹਨਾਂ ਦੀ ਕਰਦੇ ਹਾਂ। ਅਤੇ ਇਹ ਹੁਣ ਤੁਸੀਂ ਜ਼ਮੀਨ ਪੱਧਰ ਦਾ ਹਕੀਕਤ ਲਾ ਲਓ, ਉਹਦਾ ਪਾਣੀ ਦਾ ਲਾ ਲਓ, ਦਰਿਆਵਾਂ ਦਾ ਲਾ ਲਓ ਜਾਂ ਹੋਰ ਨਾਲਿਆਂ ਦਾ ਲਾ ਲਓ, ਪਾਣੀ ਸਾਰਾ ਹੀ ਮਤਲਬ ਦੂਸ਼ਿਤ ਹੋਇਆ ਪਿਆ। ਇਹ ਮਨੁੱਖ ਦੀ ਇਹ ਜੋ ਹੈਗੀ ਆ ਇਹ ਬਿਰਤੀ ਦੇ ਨਾਲ ਜੁੜਦੀ ਹੈ ਕਿ ਜਿਹੜਾ ਜੀਵ ਨੇ ਅਸੀਂ ਬਿਰਤੀ ਬਣਾ ਲਈ ਹੈ ਅਤੇ ਉਹਨਾਂ ਨੇ ਆਪਣਾ ਹੀ ਇੱਕ ਸਵਾਰਥ ਰੱਖ ਲਿਆ। ਉਹਨਾਂ ਨੇ ਕੋਈ ਕੁਦਰਤ ਦੇ ਨਾਲ ਨੇੜੇ ਹੋਣ ਦਾ ਜਾਂ ਕੁਦਰਤ ਦੀਆਂ ਦਾਤਾਂ ਨੂੰ ਕੁਦਰਤ ਦੇ ਸੋਮਾਂ ਨੂੰ ਸਮਝ ਨਹੀਂ ਸਕਿਆ ਵੀ ਕੁਦਰਤ ਨੇ ਇੱਕ ਅਮੁੱਲੇ ਸੋਮੇ ਦਿੱਤੇ ਨੇ। ਗੁਰਬਾਣੀ ਵਿੱਚ ਵੀ ਅਜਿਹੇ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ। ਅਮੁੱਲਾ ਜਿਹੜਾ ਪਾਣੀ ਦੇ ਜਿਹੜੇ ਹਵਾ ਦੇ ਅਮੁੱਲੇ ਨੇ, ਇਹ ਕੋਈ ਮੁੱਲ ਨਹੀਂ ਲਿਆ ਜਾ ਸਕਦਾ, ਨਾ ਇਹ ਬਣਾਏ ਜਾ ਸਕਦੇ ਨੇ, ਨਾ ਇਹ ਕਿਸੇ ਦੇ ਵੱਸ ਦੇ ਵਿੱਚ ਹੈਗਾ ਅਤੇ ਨਾ ਇਹ ਤੋਂ ਬਿਨਾਂ ਕੋਈ ਸਾਹ ਵਾਲੀ 84 ਲੱਖ ਜੂਨ ਜਿਹੜਾ ਜਿੰਦਾ ਰਹਿ ਸਕਦੀ ਆ। ਇਹ ਚੀਜ਼ਾਂ ਦੀ ਬਹੁਤ ਅਹਿਮੀਅਤ ਹੈਗੀ ਆ, ਬਹੁਤ ਇਹਦੀ ਮੇਰੀ ਗੁਰਬਾਣੀ ਦੇ ਵਿੱਚ ਇਹਨੂੰ ਬਹੁਤ ਵੱਡੀਆਂ ਥਾਵਾਂ ਮਿਲੀਆਂ, ਬੜਾ ਮਾਣ ਸਤਿਕਾਰ ਮਿਲਿਆ ਇਹਨੂੰ, ਪ੍ਰਕਿਰਤੀ ਨੂੰ ਪਵਨ ਗੁਰੂ ਪਾਣੀ ਪਿਤਾ ਹਰ ਰੱਬ ਗੁਰਬਾਣੀ ਵਿੱਚ ਬਲਹਾਰੀ ਕੁਦਰਤ ਵਸਿਆ। ਇਹ ਸੱਚੇ ਪਾਤਸ਼ਾਹ ਨੇ ਬਹੁਤ ਨੇੜਿਓ ਹੋ ਕੇ ਇਹਨਾਂ ਨੂੰ ਮਤਲਬ ਸਾਨੂੰ ਸਮਝਾਇਆ ਹੋਇਆ ਅਤੇ ਹੁਕਮ ਵੀ ਕੀਤਾ ਹੈ, ਪਰ ਜੇ ਅਸੀਂ ਬਾਣੀ ਤੋਂ ਟੁੱਟੇ ਹੋਣ ਕਰਕੇ ਜਾਂ ਅਸੀਂ ਕੁਦਰਤ ਨਾਲ ਟੁੱਟੇ ਹੋਣ ਕਰਕੇ ਸਭ ਮਨੁੱਖ ਆ, ਇਹ ਸਾਰਾ ਇਸ ਭੂਮਿਕਾ ਆਪਣੀ ਨਿਭਾ ਰਿਹਾ। ਸੋ ਜਿਹੜੀ ਬਹੁਤ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀਆਂ ਜਿਹੜੀਆਂ ਉਹਨਾਂ ਵਾਸਤੇ ਬਹੁਤ ਹੀ ਨਹੀਂ ਠੀਕ ਹੋਏ, ਖਤਰੇ ਵਾਲੀ ਗੱਲ। ਉਹਦੇ ਵਿੱਚ ਬਾਬੇ ਫਿਰ ਇਹ ਸਵਾਲ ਆਉਂਦਾ ਕਿ ਜਦੋਂ ਮਨੁੱਖੀ ਬਿਰਤੀ ਕਰਕੇ ਇਹ ਸੰਕਟ ਜਿਹੜਾ ਆਇਆ ਹੋਇਆ ਜਾਂ ਆਪਾਂ ਕਹੀਏ ਆਮ ਲਫਜ਼ਾਂ 'ਚ ਆਪਾਂ ਕਹਿ ਦਿੰਦੇ ਕਿ ਮੈਨ ਮੇਡ ਕ੍ਰਾਈਸਿਸ ਆ ਅਤੇ ਬੰਦੇ ਵੱਲੋਂ ਪੈਦਾ ਕੀਤਾ ਹੋਇਆ, ਤਾਂ ਇਹਦਾ ਫਿਰ ਹੱਲ ਤੁਸੀਂ ਕੀ ਸੋਚਦੇ ਆ ਵੀ ਕਿਸ ਤਰੀਕੇ ਦੇ ਨਾਲ ਹੋ ਸਕਦਾ, ਕਿੰਨਾ ਪੱਧਰਾਂ ਦੇ ਨਾਲ ਹੋ ਸਕਦਾ ਅਤੇ ਬੁਨਿਆਦੀ ਉਹ ਕਿਹੜੇ ਖੇਤਰ ਹੈਗੇ ਆ ਜਿਹਦੇ ਵਿੱਚ ਧਿਆਨ ਦੇਣ ਦੀ ਲੋੜ ਹੈਗੀ ਇਹਦੇ ਹੱਲ ਦੇ ਵਾਸਤੇ? ਦੇਖੋ ਕਰੋਨਾ ਦਾ ਦੌਰ ਚੱਲ ਰਿਹਾ ਜੀ, ਪਿਛਲੇ ਸਾਲ ਤੋਂ ਜਦੋਂ ਹੁਣ ਤਾਂ ਪਿਛਲੇ ਬਿਲਕੁਲ ਲੋਕਡਾਊਨ ਕਰਤਾ ਸੀ ਅਤੇ ਕੋਈ ਵੀ ਗੱਡੀ ਭੱਠੇ ਫੈਕਟਰੀਆਂ ਬੰਦ ਹੋ ਗਈਆਂ ਸੀ। ਹਾਂਜੀ, ਉਹਨੇ ਤੁਸੀਂ ਦੇਖਿਆ ਹੋਊਗਾ ਹਿਮਾਲੀਆ ਪਰਬਤ ਵੀ ਇੱਥੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਉਹ ਵੀ ਸਾਰਾ ਸਾਨੂੰ ਬੜਾ ਦਿਸਣ ਲੱਗ ਪਿਆ।
ਅਤੇ ਨਾਲੇ ਵੀ ਸਾਫ਼ ਹੋ ਗਏ ਸੀ, ਜਿਹੜੀ ਏਅਰ ਕੁਆਲਿਟੀਆਂ ਡਿਕਸ ਹੈਗੀ ਆ ਉਹ ਵੀ ਬਿਲਕੁਲ ਹੀ 15-20 ਤੇ ਆ ਗਈ ਸੀ। ਇਹ ਕੁਦਰਤ ਦੇ ਅਸਾ ਮਤਲਬ ਨਿਜਮੇ ਅਮਰ ਜ਼ਿਆਦਾ ਕੁਦਰਤੀ ਵੀ ਜੇ ਤੁਸੀਂ ਬੰਦਾ ਉਹਨੂੰ ਛੇੜਛਾੜ ਨਾ ਕਰੇ ਕੁਦਰਤ ਨੇ ਆਪਣੇ ਆਪ ਹੀ 10-20 ਮਹੀਨੇ ਵਿੱਚ ਆਪਣੇ ਆਪ ਉਹਨੇ ਸਾਰਾ ਸਾਫ਼ ਕਰ ਲੈਣਾ। ਸੋ ਇਹ ਜੇ ਉਹਨੂੰ ਚਲੋ ਇਹਨੇ ਠੀਕ ਤਾਂ ਇਨਸਾਨ ਨੇ ਕੀ ਕਰਨਾ, ਇਹ ਠੀਕ ਕਰਦੇ ਕੋ ਹਿੰਮਤ ਵੀ ਹੈ ਨਹੀਂ, ਪਰ ਇਹ ਖਰਾਬ ਨਾ ਕਰੇ ਅਤੇ ਉਹਨੂੰ ਵੇਸਟਿੰਗ ਨਾ ਕਰੇ, ਉਹਦੇ ਵਿੱਚ ਗੰਦਾ ਪਾਣੀ ਦੇ ਵਿੱਚ ਕੋਈ ਚੀਜ਼ ਨਾ ਸੁੱਟੇ ਜਾਂ ਉਹਨੂੰ ਹਵਾ ਨੂੰ ਗੰਦਾ ਨਾ ਕਰੇ। ਤਾਂ ਕੁਦਰਤ ਨੇ ਐਸੀ ਮਰਜ਼ਾਦਾ ਉਹਨੇ ਪਰਮੇਸ਼ਰ ਨੇ ਸਭ ਕੁਛ ਐਸਾ ਸੰਤੁਲਨ ਬਣਾਇਆ ਹੋਇਆ ਵਾ ਵੀ ਜੇ ਉਹ ਦਰਖਤ ਦਿੱਤੇ ਨੇ ਤਾਂ ਉਹ ਹਵਾ ਨੂੰ ਸ਼ੁੱਧ ਕਰਨ ਵਾਸਤੇ, ਅਤੇ ਉਹਦੀ ਕੁਦਰਤੀ ਕੋਈ ਕਾਰਖਾਨਾ ਨਹੀਂ ਅਸੀਂ ਲਾ ਸਕਦੇ ਵੀ ਹਵਾ ਨੂੰ ਸ਼ੁੱਧ ਕਰ ਲਈਏ। ਹੁਣ ਜੇ ਪਾਣੀ ਫਿਲਟਰ ਦੀ ਗੱਲ ਚੱਲੀ, ਅੱਜ ਕੱਲ੍ਹ ਵਾਹਿਗੁਰੂ ਗੈਸ ਦੀ ਚੱਲੀ ਜਾਂ ਜੋ ਵੀ ਹੁਣ ਆਕਸੀਜਨ ਦੀ ਚੱਲੀ, ਅਤੇ ਤਕਰੀਬਨ 25-25-30 ਹਜ਼ਾਰ ਦਾ ਇੱਕ ਸਿਲੰਡਰ ਫਿਰਦਾ ਰਿਹਾ ਅਤੇ ਉਹ ਵੀ 2-3 ਘੰਟੇ ਸਮਾਪਤ ਹੁੰਦਾ ਰਿਹਾ। ਅਤੇ ਕੁਦਰਤ ਨੇ ਜਿਹੜੀਆਂ ਅਮੁੱਲੀਆਂ ਚੀਜ਼ਾਂ ਦਿੱਤੀਆਂ ਗੁਰਬਾਣੀ 'ਚ, ਵੀ ਉਹ ਚੀਜ਼ਾਂ ਸਾਨੂੰ ਉਹਦਾ ਮੁੱਲ ਨਹੀਂ ਦੇ ਸਕਦੇ। ਇਹ ਜੀਵ ਨੂੰ ਬਹੁਤ ਹੀ ਸੰਕੋਚਵਾਂ, ਇਹਨੂੰ ਬਿਲਕੁਲ ਹੀ ਸੰਕੋਚ ਨਾਲ ਵਰਤਣਾ ਚਾਹੀਦਾ ਅਤੇ ਇਹਨੂੰ ਬਹੁਤ ਧਿਆਨ ਦੇ ਨਾਲ ਇਹਨਾਂ ਸੂਮਿਆਂ ਨੂੰ ਮਤਲਬ ਵਰਤਣਾ ਚਾਹੀਦਾ ਅਤੇ ਇਹ ਜ਼ਿੰਮੇਵਾਰੀ ਬਣਦੀ ਆ। ਇਹ ਗੁਰੂ ਦੀ ਵੀ ਇੱਥੇ ਖੁਸ਼ੀ ਨਹੀਂ ਸਾਨੂੰ ਮਿਲ ਸਕਦੀ ਜੇ ਕੁਦਰਤ ਦੇ ਸੂਮਿਆਂ ਨੂੰ ਖਰਾਬ ਕਰਾਂਗੇ, ਅਤੇ ਸਾਡੇ ਫਰਜ਼ ਵੀ ਨਹੀਂ ਸੀ ਫਰਜ਼ਾਂ ਨੂੰ ਨਿਭਾਈਏ। ਚਲੋ ਇਹ ਤਾਂ ਗੱਲ ਹੈ ਕਿ ਜਿਹੜੀ ਬਿਰਤੀ ਬਦਲਣ ਵਾਲੀ ਗੱਲ ਆ ਉਹ ਤਾਂ ਇੱਕ ਸਦੀਵੀ ਕਸ਼ਮਕਸ਼ ਇਨਸਾਨ ਦੀ ਹੈਗੀ ਹੈ ਜਾਂ ਸਮਾਜ ਨਿੱਜੀ ਤੋਂ ਲੈ ਕੇ ਸਮਾਜਿਕ ਪੱਧਰ ਤੱਕ ਵੀ ਉਹ ਹੈਗੀ ਆ, ਉਹ ਚੱਲਦੀ ਰਹਿੰਦੀ ਹੈ। ਉਹਦੇ 'ਚ ਪਦਾਰਥਵਾਦੀ ਬਿਰਤੀਆਂ ਉਹ ਸਾਰੇ ਪਾਸਿਆਂ ਨੂੰ ਖਿੱਚਦੀਆਂ ਜਿਹਦੇ ਵਿੱਚੋਂ ਇਹ ਸੰਕਟ ਨਿਕਲ ਕੇ ਆ ਰਹੇ ਆ। ਹਾਲਾਂਕਿ ਕੁਦਰਤੀ ਤੌਰ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਤਵਾਜਨ ਮਹਾਰਾਜ ਵੱਲੋਂ ਬਣਾਇਆ ਹੋਇਆ ਜੇਕਰ ਆਪਾਂ ਨੂੰ ਮੰਨੀਏ, ਪਰ ਫਿਰ ਵੀ ਜਿਸ ਤਰ੍ਹਾਂ ਦਾ ਸਮਾਂ ਹੈਗਾ ਆ ਉਹਦੇ ਵਿੱਚ ਜੇ ਉੱਦਮ ਕਰਨੇ ਪੈਣ ਖਾਸ ਤੌਰ ਦੇ ਉੱਪਰ, ਕਿਉਂਕਿ ਜਦੋਂ ਕੋਈ ਚੀਜ਼ ਵਿਗੜ ਜਾਂਦੀ ਹੈ ਤਾਂ ਜਿਹਨੂੰ ਉਹਦੀ ਚਿੰਤਾ ਉਹਨੂੰ ਠੀਕ ਕਰਨ ਵੱਲ ਨੂੰ ਵੱਧਦਾ ਆ, ਉਹਦੇ ਵਿੱਚ ਤੁਸੀਂ ਕੀ ਸਮਝਦੇ ਕੇਸ ਕੇਸ ਪੱਧਰ ਦੇ ਉੱਪਰ ਹੋਣ ਜਾਂ ਸਰਕਾਰਾਂ ਦੇ ਤੌਰ ਦੇ ਉੱਪਰ ਕਰਨ ਵਾਲੇ ਕਿਸ ਤਰ੍ਹਾਂ ਦੇ ਯਤਨ ਹੈਗੇ ਆ? ਕਿਉਂਕਿ ਆਪਾਂ ਦੇਖਿਆ ਕਿ ਜਦੋਂ ਵੀ ਕੋਈ ਸਮਾਜ ਸੰਕਟ ਗ੍ਰਸਤ ਹੁੰਦਾ ਉਹਦੇ ਹੱਲ ਵੱਲ ਨੂੰ ਨਿਕਲਦਾ ਆ। ਤੁਹਾਡੀ ਸੰਸਥਾ ਦੀ ਗੱਲ ਕਰੀਏ ਕਿ ਤੁਸੀਂ ਦੇਖਿਆ ਕਿ ਕੁਦਰਤ ਤੋਂ ਲੋਕ ਦੂਰ ਜਾ ਰਹੇ ਆ ਤਾਂ ਉੱਦਮ ਕਰਕੇ ਆਪਾਂ ਉਸ ਖੇਤਰ ਦੇ ਵਿੱਚ ਇੰਨਾ ਕੰਮ ਕੀਤਾ ਕਿ ਅੱਜ ਦੁਨੀਆ ਪੱਧਰ ਦੀਆਂ ਜਿਹੜੀਆਂ ਸੰਸਥਾਵਾਂ ਉਹ ਵੀ ਉਹਨੂੰ ਮਾਨਤਾ ਦੇ ਰਹੀਆਂ ਆ ਕਿ ਇਹ ਵਾਤਾਵਰਨ ਦੇ ਵਾਸਤੇ ਕਾਰਜ ਹੋ ਰਿਹਾ। ਸੋ ਪੰਜਾਬ ਦੀ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਕਿਹੜੇ ਅਜਿਹੇ ਹਿੱਸੇ ਨੇ ਜਿਹੜੇ ਇਸ ਪਾਸੇ ਨੂੰ ਖਾਸ ਤੌਰ 'ਤੇ ਉੱਦਮ ਕਰ ਸਕਦੇ ਆ, ਅਤੇ ਖਾਸ ਤੌਰ 'ਤੇ ਸਰਕਾਰਾਂ ਦੇ ਕਰਨ ਵਾਲੇ ਕਾਰਜ ਕਿਹੜੇ ਤੁਸੀਂ ਸਮਝਦੇ ਆ ਅਤੇ ਆਮ ਲੋਕਾਂ ਦੇ ਕਰਨ ਵਾਲੇ ਕਾਰਜ ਕਿਹੜੇ ਸਮਝਦੇ? ਜਿਹੜੇ ਸਰਕਾਰਾਂ ਦੇ ਕਾਰਜ ਉਹ ਤਾਂ ਜੇਕਰ ਫੈਕਟਰੀਆਂ ਕਾਰਖਾਨੇ ਆ ਉਹਨਾਂ ਨੂੰ ਉਹ ਜਿਹੜਾ ਪਾਣੀ ਵਰਤਦੇ ਨੇ ਉਹਨੂੰ ਸਵੱਛ ਕਰਕੇ ਟ੍ਰੀਟਮੈਂਟ ਪਲਾਂਟ ਲਾ ਕੇ ਉਹਨੂੰ ਪਾਣੀ ਸੋਧ ਕੇ ਦੁਬਾਰਾ ਉਹਨੂੰ ਵਰਤਿਆ ਜਾ ਸਕਦਾ, ਉਹ ਨਾ ਸੋਧਣ ਕਰਕੇ ਉਹ ਜਦੋਂ ਨਾਲਿਆਂ 'ਚ ਪੀਂਦਾ ਉਹ ਹੈਗਾ ਦਰਿਆਵਾਂ 'ਚ ਪੀਂਦਾ ਉਹ ਮੱਛੀਆਂ ਜਾਂ ਹੋਰ ਜੀਵ ਜੰਤੂ ਵਾਸਤੇ ਬਹੁਤ ਨੁਕਸਾਨਦੇਹ, ਕਿਉਂਕਿ ਉੱਥੇ ਸਰਕਾਰ ਦੀ ਡਿਊਟੀ ਬਣਦੀ ਆ, ਫਰਜ਼ ਬਣਦੇ ਨੇ ਤਾਂ ਕਿ ਉਹ ਸਖਤੀ ਦੇ ਨਾਲ ਜੇ ਨਹੀਂ ਤੁਹਾਨੂੰ ਉਹਨੂੰ ਉੱਤੇ ਕੋਈ ਵੀ ਐਕਸ਼ਨ ਪਲੇਨ ਬਣਾਵੇ ਅਤੇ ਪਾਣੀ ਨਾ ਬਰਬਾਦ ਨਾ ਹੋਵੇ। ਦੂਸਰਾ ਜਿਹੜਾ ਆਮ ਜਨ ਜੀਵਨ ਵਾਸਤੇ ਉਹ ਜਦੋਂ ਬਾਰਿਸ਼ਾਂ ਆਪਣੀਆਂ ਇੰਨੀਆਂ ਆਉਂਦੀਆਂ ਅੱਗੇ ਰੋਹੀਆਂ ਨਹੀਂ ਸੀ ਹੁੰਦੀਆਂ ਜਾਂ ਅਤੇ ਅੱਗੇ ਮਤਲਬ ਝੋਨੇ ਵੀ ਘੱਟ ਲੱਗਦੇ ਸੀ ਅਤੇ ਜ਼ਮੀਨਾਂ ਜਿਹੜੀਆਂ ਉਹ ਥੱਲੇ ਪਾਣੀ ਥੱਲੇ ਚੁੱਕ ਜਾਂਦੀਆਂ ਸੀ, ਹੁਣ ਝੋਨੇ ਲੱਗਣ ਕਰਕੇ ਵੀ ਐਸਾ ਹੋਗਾ ਵੀ ਉਹ ਸਾਨੂੰ ਪਲਸਤਰੀ ਹੋ ਗਿਆ ਜ਼ਮੀਨਾਂ, ਉਹ ਥੱਲੇ ਪਾਣੀ ਸਿੰਮਦਾ ਨਹੀਂ ਜਾਂ ਦਰਖਤਾਂ ਦੇ ਨਾਲ ਜੜ੍ਹਾਂ ਰਾਹੀਂ ਥੱਲੇ ਪਾਣੀ ਜਾਂਦਾ ਜੀ, ਅਤੇ ਜਾਂ ਫਿਰ ਜਿੱਥੇ ਜ਼ਮੀਨ ਕੋਈ ਦੂਜੀਆਂ ਫਸਲਾਂ ਉੱਥੇ ਝੋਨੇ ਵਾਲੀ, ਉਹਨੂੰ ਆਪਾਂ ਘਰਾਂ ਵਿੱਚ ਸੰਭਾਲ ਲਈ ਪਹਿਲਾਂ ਘੱਟੋ ਘੱਟ ਆਪਣੇ ਘਰ ਦਾ ਜਿੰਨਾ ਵੀ 10 ਮਰਲੇ ਹੁਣ ਕਨਾਲ ਥਾਂ ਹੋਵੇ ਉਹਦਾ ਸਾਰਾ ਵਿਹੜੇ ਦਾ ਪਾਣੀ ਹੋਵੇ, ਛੱਤ ਦਾ ਪਾਣੀ ਹੋਵੇ, ਉਹ ਜਿੰਨੀ ਸਮਰੱਥਾ ਪਾਣੀ ਦੀ ਹੋਵੇ ਉਹਦੀ ਸਮਰੱਥਾ ਮੁਤਾਬਕ ਉਹ ਛੋਟਾ ਬੋਰ ਕੀਤਾ ਜਾਵੇ, ਉਹਨੂੰ ਰੀਚਾਰਜਿੰਗ ਨੂੰ ਥੱਲੇ ਉਹ ਪਾਣੀ ਨੂੰ ਸੰਭਾਲਿਆ ਜਾਵੇ। ਲੱਖਾਂ ਲੀਟਰ ਅਸੀਂ ਬਾਰਿਸ਼ਾਂ 'ਚ ਘਰੋ ਘਰੀ ਅਸੀਂ ਕਰੋੜਾਂ ਲੀਟਰ ਅਸੀਂ ਪਾਣੀ ਸੰਭਾਲ ਸਕਦੇ ਹਾਂ, ਤਾਂ ਕਿ ਉਹ ਪਾਣੀ ਥੱਲੇ ਵਾਲਾ ਪਾਣੀ ਫਿਰ ਦੁਬਾਰਾ ਜਿਹੜਾ ਉਹ ਸੰਭਾਲਿਆ ਜਾਵੇ ਅਤੇ ਪਾਣੀ ਦੀ ਬਰਬਾਦੀ ਵੀ ਨਾ ਹੋਵੇ ਅਤੇ ਬਾਹਰ ਚਿੱਕੜ ਨਾ ਹੋਵੇ, ਬਾਹਰ ਮੱਛਰ ਨਾ ਹੋਵੇ, ਉਹ ਪਾਣੀ ਦੀ ਵੀ ਸੰਭਾਲ। ਉਹ ਸਿਰਫ ਥੋੜ੍ਹਾ ਬਹੁਤਾ ਵੱਡਾ ਜੇ ਲੱਖਾਂ ਰੁਪਈਏ ਆਪਾਂ ਖਰਚਾ ਕਰ ਰਹੇ ਬਿਲਡਿੰਗਾਂ ਦੇ ਇਮਾਰਤਾਂ 'ਤੇ, ਥੋੜ੍ਹਾ ਜਿਹਾ ਹੀ ਲੋਨ ਬਣਾ ਕੇ ਥੋੜ੍ਹਾ ਜਿਹਾ ਚਬੱਚਾ ਬਣਾ ਕੇ ਉਹਦਾ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਮੁਤਾਬਕ ਉਹਨਾਂ ਨੇ ਦੱਸਿਆ ਡਿਜ਼ਾਇਨ ਕੀਤਾ, ਉਹਨੂੰ ਆਪਾਂ ਸਾਰਾ ਪਾਣੀ ਇਕੱਠਾ ਕਰਕੇ ਉਹ ਸਾਰਾ ਧਰਤੀ 'ਚ ਭੇਜ ਸਕਦੇ ਦੁਬਾਰਾ, ਉਹ ਸਾਡਾ ਸਟੋਰ ਹੋ ਸਕਦਾ, ਦੁਬਾਰਾ ਫਿਰ ਅਸੀਂ ਵਰਤ ਸਕਦੇ ਹਾਂ। ਸੋ ਇਸ ਤਰ੍ਹਾਂ ਸਰਕਾਰਾਂ ਕੋਈ ਕਾਨੂੰਨ ਵੀ ਬਣਾ ਸਕਦੀਆਂ, ਬਾਹਰਲੇ ਦੇਸ਼ਾਂ 'ਚ ਇਤਨਾ ਬਣਾਇਆ ਉਹਨਾਂ ਨੇ ਪਾਣੀ ਦਾ, ਇੱਥੇ ਆਪਣੇ ਸੂਮੇ ਨੇ ਪੰਜਾਬ 'ਚ ਹੈਗੇ ਨੇ ਅਤੇ ਕਈ ਥਾਂ 'ਤੇ ਸੂਮਾ ਥੱਲੇ ਹੈ ਹੀ ਨਹੀਂ ਬਿਲਕੁਲ, ਉਹ ਤਾਂ ਇਤਨਾ ਹੀ ਦਰਿਆਵਾਂ ਦਾ ਪਾਣੀ ਇਕੱਠਾ ਕਰਦੇ ਨੇ, ਦੂਜਾ ਬਾਰਿਸ਼ ਦਾ ਪਾਣੀ ਉਹ 'ਤੇ ਸਾਰਾ ਨਿਰਭਰ ਕਰਦੇ ਨੇ। ਸਾਨੂੰ ਤਾਂ ਕੁਦਰਤ ਨੇ ਇੰਨੇ ਮੁੱਲੇ ਖਜ਼ਾਨੇ ਬਖਸ਼ੇ ਆ ਪਰ ਅਸੀਂ ਉਹਦੀ ਕਦਰ ਨਹੀਂ ਕਰਦੇ। ਕੁਦਰਤੀ ਜਿਹੜਾ ਮੁਫਤ ਵਾਲਾ ਕੰਮ ਉਹਦਾ ਕੋਈ ਬੰਦਾ ਕਦਰਦਾਨ ਬਹੁਤ ਘੱਟ ਹੁੰਦੇ ਨੇ,
ਅਤੇ ਇਸ ਵਾਸਤੇ ਮੁਫਤਲਾ ਕੰਮ ਕੁਦਰਤ ਨੇ ਸਾਨੂੰ ਜਿਹੜਾ ਹਵਾ ਦਾ ਪਾਣੀ ਦਾ ਦਿੱਤੀ ਨਾ ਉਹਦਾ ਅਸੀਂ ਕਦਰ ਘੱਟ ਕਰਦੇ ਹਾਂ ਅਤੇ ਸਾਨੂੰ ਬਹੁਤ ਹਮਲਾ ਮਾਰਨਾ ਚਾਹੀਦਾ। ਇਹ ਬਹੁਤ ਵੱਡਾ ਤੁਹਾਡਾ ਉਪਰਾਲਾ, ਤੁਸੀਂ ਸੰਗਤਾਂ ਨੂੰ ਜਾਣਕਾਰੀ ਵਾਸਤੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਣੀ ਜ਼ਮੀਨਦੋਜ਼ ਜਿਹੜਾ ਆ ਉਹ ਕਰਨਾ ਚਾਹੀਦਾ ਹੈ, ਆਪਾਂ ਹੁਣ ਜੇਕਰ ਗੱਲ ਕਰੀਏ ਤਾਂ ਇੱਕ ਬੜਾ ਵੱਡਾ ਸਾਡਾ ਜਿਹੜਾ ਹਿੱਸਾ ਆ ਉਹ ਪੰਜਾਬ ਤੋਂ ਬਾਹਰ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਜਾ ਕੇ ਰਹਿੰਦੇ ਆ, ਉਹ ਫਿਕਰ ਵੀ ਪਿੱਛੇ ਦਾ ਕਰਦੇ ਆ। ਤਕਰੀਬਨ ਜਿਹੜੇ ਨਵੀਆਂ ਇਮਾਰਤਾਂ ਗੁਰਦੁਆਰਾ ਸਾਹਿਬਾਨ ਦੀਆਂ ਬਣੀਆਂ ਉਹਦੇ 'ਚ ਉਹਨਾਂ ਨੇ ਕਾਫ਼ੀ ਜ਼ਿਆਦਾ ਯੋਗਦਾਨ ਪਾਇਆ। ਤੁਹਾਨੂੰ ਲੱਗਦਾ ਕਿ ਸ਼ੁਰੂਆਤ ਜਿਹੜੀ ਹੈ ਉਹ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਇਮਾਰਤਾਂ ਨੇ, ਹਰ ਪਿੰਡ ਦੇ ਵਿੱਚ ਘੱਟੋ ਘੱਟ ਇੱਕ ਗੁਰਦੁਆਰਾ ਸਾਹਿਬ ਤਾਂ ਹੈ ਹੀ ਹੈ, ਵੀ ਉਹਨਾਂ ਦਾ ਪਾਣੀ ਜ਼ਮੀਨਦੋਜ਼ ਕਰਨ ਤੋਂ ਹੋ ਸਕਦਾ, ਹੋ ਸਕਦੀ ਹੈ ਸ਼ੁਰੂਆਤ, ਇਹਦੇ ਨਾਲ ਸਮਾਜ 'ਚ ਚੰਗਾ ਸੁਨੇਹਾ ਜਾ ਸਕਦਾ। ਹਾਂਜੀ, ਬਹੁਤ ਇਹ ਤੋਂ ਸੇਧ ਮਿਲ ਜਾਊਗੀ, ਜਿਹੜਾ ਗੁਰੂ ਘਰ ਆਵੇਗਾ ਉਹਨੂੰ ਇੱਕ ਤੋਂ ਜਾਣਕਾਰੀ ਮਿਲੇਗਾ, ਉਹਨੂੰ ਹਰ ਚੀਜ਼ ਦਾ ਵਿਆਹ ਕਾਹਦੇ ਵਾਸਤੇ ਜਾਣਕਾਰੀ ਮਿਲੇਗੀ। ਹਾਂਜੀ, ਅਤੇ ਗੁਰੂ ਘਰ ਦਾ ਕੋਈ ਚੀਜ਼ ਹੁੰਦੀ ਤਾਂ ਉਹ ਲੋਕਾਂ ਦੇ ਭਾਵਨਾ, ਭਾਵੇਂ ਉਹ ਗਿਰਜਾ ਘਰ ਹੋਵੇ, ਭਾਵੇਂ ਗੁਰਦੁਆਰਾ ਸਾਹਿਬ ਆ, ਕੋਈ ਵੀ ਧਰਮ ਸਥਾਨ ਹੋਵੇ, ਹਾਂਜੀ, ਹਰ ਇੱਕ ਨੂੰ ਆਪਣਾ ਉਹ ਧਰਮ ਦੇ ਨਾਲ ਜੁੜਿਆ, ਹਰ ਬੰਦਾ ਵੱਖ ਵੱਖ ਕਿਸਮਾਂ ਦਾ ਉੱਥੋਂ ਸੇਧ ਲੈ ਸਕਦਾ। ਅਤੇ ਇਸ ਤਰ੍ਹਾਂ ਖਡੂਰ ਸਾਹਿਬ ਤਕਰੀਬਨ ਪਿੱਛੇ 5-7 ਸਾਲਾਂ ਜਿੰਨੇ ਵੀ ਸਕੂਲ ਨੇ, ਕਾਲਜ ਨੇ ਜਾਂ ਹੋਰ ਲੰਗਰ ਜਾਂ ਜਿੰਨੀ ਸਾਰੇ ਜਿੰਨੇ ਉਹਦੇ ਸਾਰਿਆਂ ਦਾ ਯਤਨ ਕੀਤੇ ਨੇ ਵੀ 15-20 ਇਹੋ ਜਿਹੇ ਪ੍ਰੋਗਰਾਮ ਬਣਾ ਕੇ ਇਹਨਾਂ ਨੂੰ ਸਾਰਾ ਪਾਣੀ ਸਾਰਾ ਥੱਲੇ ਲਾਉਣ 'ਚ ਲਿਆ ਕੇ ਸਾਰਾ ਥੱਲੇ ਭੇਜੀਦਾ। ਅਤੇ ਇਸ ਤਰ੍ਹਾਂ ਸਾਰੇ ਗੁਰੂ ਘਰਾਂ ਨੂੰ, ਮਤਲਬ ਪ੍ਰਬੰਧਕਾਂ ਨੂੰ, ਗੁਰਦੁਆਰਾ ਸਾਹਿਬ ਕਮੇਟੀਆਂ ਨੂੰ, ਸੰਸਥਾਵਾਂ ਨੂੰ ਇਹ ਸ਼ੁਰੂ ਕਰਨੀ ਚਾਹੀਦੀ ਆ। ਵੈਸੇ ਲਹਿਰ ਹੁੰਦੀ ਆ, ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਲਹਿਰ ਚੱਲ ਪਈ ਅਤੇ ਸੋਝੀ ਮਤਲਬ ਆ ਗਏ, ਤਾਂ ਫਿਰ ਬਹੁਤ ਵੱਡੀ ਗੱਲ ਨਹੀਂ ਹੈਗੀ। ਅਸੀਂ ਬਹੁਤ ਲੱਖਾਂ ਲੀਟਰ ਪਾਣੀ ਨੂੰ ਇਸ ਤਰੀਕੇ ਦੇ ਨਾਲ, ਇਹ ਪਹਿਲਾ ਸਟੈਪ ਆਪਾਂ, ਕੋਈ ਬਹੁਤਾ ਖਰਚਾ ਨਹੀਂ ਗਾ, ਉਹਦੀ ਖੇਚਲ ਨਹੀਂ, ਪਾਣੀ ਕੁਦਰਤ ਨੇ ਛੱਤ ਦਾ ਵੀ ਵਿਹੜੇ ਦਾ ਆਉਣਾ ਹੀ ਆ, ਉਹਨੂੰ ਥੋੜ੍ਹਾ ਢਾਲ ਇਸ ਤਰ੍ਹਾਂ ਬਣਾ ਲਏ ਵੀ ਉਹਨੂੰ ਇੱਕ ਥਾਂ ਥੋੜ੍ਹਾ ਕਰ ਲਏ, ਤਾਂ ਥੱਲੇ ਛੋਟਾ ਬੋਰ ਕਰਕੇ ਤੁਹਾਨੂੰ ਸਾਰਾ ਪਾਣੀ ਥੱਲੇ ਜਾ ਸਕਦਾ। ਜਿਸ ਤਰ੍ਹਾਂ ਆਪਣੀਆਂ ਆਪਣੀ ਸੰਸਥਾ ਦੇ ਵੱਲੋਂ ਇੱਥੇ ਕੀਤਾ ਗਿਆ ਆ ਖਡੂਰ ਸਾਹਿਬ ਦੇ ਸੰਸਥਾਨਾਂ 'ਤੇ, ਇੱਥੇ ਆ ਕੇ ਵੀ ਦੇਖਿਆ ਜਾ ਸਕਦਾ ਵੀ ਕਿਸ ਤਰੀਕੇ ਦੇ ਨਾਲ ਹੁੰਦਾ, ਜਾਣਕਾਰੀ ਲਈ ਜਾ ਸਕਦੀ। ਹਾਂਜੀ, ਇੱਥੇ 5-6 ਸਾਲ ਤੋਂ ਲਗਾਤਾਰ ਜਿਹੜੇ ਵੀ ਮਤਲਬ ਕੋਈ ਹੋਸਟਲ ਦਾ ਬਣਦਾ, ਬੱਚਿਆਂ ਦਾ ਕੋਈ ਸਕੂਲ ਬਣਦਾ ਵਾ, ਕਾਲਜ ਜਾਂ ਕੋਈ ਬਣੇ ਨੇ ਜਾਂ ਨਿਸ਼ਾਨ, ਜਿਵੇਂ ਸਾਰਿਆਂ ਦਾ ਹੀ ਯਤਨ ਕੀਤੇ ਵੀ ਸਾਰਿਆਂ ਨੂੰ ਪਾਣੀ ਉਹਨੂੰ ਸੰਭਾਲਿਆ ਜਾਵੇ, ਤਾਂ ਉਹ ਬਹੁਤ ਵਧੀਆ ਤਰੀਕੇ ਨਾਲ, ਇੱਕ ਤਾਂ ਉਸੇ ਵੇਲੇ ਮਤਲਬ ਸੁੱਕ ਪੂਰਾ ਹੋ ਜਾਂਦਾ, ਪਾਣੀ ਕੋਈ ਚਿੱਕੜ ਨਹੀਂ ਹੁੰਦਾ, ਅਤੇ ਉਸੇ ਚੀਜ਼ ਜ਼ਮੀਨ ਵਰਤੋਂ 'ਚ ਆ ਜਾਂਦੀ ਹੈ, ਅਤੇ ਪਾਣੀ ਸਾਰਾ ਸੰਭਾਲਿਆ ਜਾਂਦਾ, ਇੱਕ ਮੱਛਰ ਮੱਖੀ ਤੋਂ ਬਚਾਅ ਹੁੰਦਾ ਵਾ, ਇੱਕ ਵੱਡੀ ਵੱਡੀ ਸੂਮਾ ਉਹ ਸੰਭਾਲਿਆ ਜਾਂਦਾ। ਇੱਕ ਗੱਲ ਤੁਸੀਂ ਕਹੀ ਕਿ ਸਰਕਾਰਾਂ ਨੂੰ ਖਾਸ ਕਰਕੇ ਪਾਣੀ ਦਾ ਜਿਹੜਾ ਪ੍ਰਦੂਸ਼ਣ ਹੁੰਦਾ ਆ ਉਹਨੂੰ ਰੋਕਣ ਦੇ ਵਾਸਤੇ ਉਪਰਾਲੇ ਕਰਨੇ ਚਾਹੀਦੇ, ਪਰ ਆਪਾਂ ਦੇਖਿਆ ਕਿ ਉਹ ਪਿਛਲੇ ਸਮੇਂ ਦੇ ਦੌਰਾਨ ਸਰਕਾਰੀ ਪੱਧਰ 'ਤੇ ਉਹ ਮਸਲੇ ਉੱਠੇ ਵੀ ਪੰਜਾਬ ਦੇ ਇੱਕ ਮੁੱਖ ਮੰਤਰੀ ਦੇ ਵੱਲੋਂ ਬੁੱਢੇ ਨਾਲੇ ਦਾ ਪਾਣੀ ਮੀਟਿੰਗ ਦੇ ਵਿੱਚ ਮੰਗਵਾ ਲਿਆ ਗਲਾਸ ਦੇ ਵਿੱਚ, ਅਤੇ ਕਿਹਾ ਵੀ ਇਹ ਪੀ ਕੇ ਦਿਖਾਓ, ਅਤੇ ਪਰ ਉਹ ਲਗਭਗ ਗੱਲ ਜਿਹੜੀ ਸੀਗੀ ਉਸ ਮੀਟਿੰਗ 'ਤੇ 4 ਦਿਨਾਂ ਦੀ ਅਖਬਾਰਾਂ ਦੀ ਚਰਚਾ ਤੱਕ ਹੀ ਰਹੀ, ਉਹਦਾ ਫੋਲੋਅਪ ਕੋਈ ਨਹੀਂ ਹੋਇਆ, ਜਾਂ ਹੁਣ ਵੀ ਖਬਰਾਂ ਲੱਗਦੀਆਂ ਕਿ ਸਰਕਾਰੀ ਪੱਧਰ ਦੇ ਉੱਪਰ ਜੀ ਅੰਕੜੇ ਇਕੱਠੇ ਕੀਤੇ ਜਾ ਰਹੇ, ਉੱਦਮ ਕੀਤਾ ਜਾਊਗਾ, ਪਰ ਉਹ ਜ਼ਮੀਨੀ ਪੱਧਰ ਦੇ ਉੱਪਰ ਕਿਸੇ ਤਬਦੀਲੀ ਦਾ ਸਬੱਬ ਨਹੀਂ ਬਣਦਾ। ਅਜਿਹੇ 'ਚ ਜਿਹੜਾ ਆਪਣੇ ਸਮਾਜ ਦਾ ਜਾਗਰੂਕ ਹਿੱਸਾ ਆ ਜਾਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ, ਖਾਸ ਕਰਕੇ ਜਿਨ੍ਹਾਂ ਦਾ ਇੱਕ ਨੈਤਿਕ ਵਜਨ ਆ, ਜਿਨ੍ਹਾਂ ਨੇ ਇਹਨਾਂ ਖੇਤਰਾਂ 'ਚ ਕੰਮ ਕੀਤਾ ਹੋਇਆ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਐਸਾ ਕਿਹੋ ਜਿਹੀ ਪਹੁੰਚ ਅਪਣਾਉਣੀ ਚਾਹੀਦੀ ਕਿ ਜਿਹਦੇ ਨਾਲ ਸਰਕਾਰਾਂ ਦੇ ਉੱਪਰ ਵੀ ਇੱਕ ਲਗਾਤਾਰ ਦਬਾਅ ਬਣਾਇਆ ਜਾ ਸਕੇ ਵੀ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਜਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਉਹ ਜ਼ਮੀਨ ਦੇ ਉੱਪਰ ਵੀ ਲਾਗੂ ਹੋਣ, ਕਿ ਸ਼ਖਸੀਅਤਾਂ ਨੂੰ ਇਸ ਤਰ੍ਹਾਂ ਦਾ ਕੋਈ ਉੱਦਮ ਕਰਨਾ ਚਾਹੀਦੇ ਨੇ। ਹਾਂਜੀ, ਚਲੋ ਵੈਸੇ ਤਾਂ ਸਰਕਾਰ ਦੇ ਫਰਜ਼ ਨੇ, ਕਿਉਂਕਿ ਸਰਕਾਰ ਜ਼ਿੰਮੇਵਾਰ ਹੈ ਇਹਨਾਂ ਦੀ, ਕਿਉਂਕਿ ਤਾਲਮੇਲ ਐਸਾ ਸਰਕਾਰਾਂ ਦਾ ਅਤੇ ਉਹ ਕਾਰਖਾਨੇਦਾਰਾਂ ਦਾ ਬਣ ਚੁੱਕਾ ਵਾ, ਅਤੇ ਕਾਰਖਾਨੇਦਾਰ ਵੀ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਜ਼ਰੂਰ ਕਰਾਂਗਾ ਵੀ ਤੁਸੀਂ ਐਸਾ ਪਾਪ ਰੰਗ ਪਾਓ ਕਿ ਤੁਸੀਂ ਇੱਕ ਥੋੜ੍ਹੀ ਜਿਹੀ ਰੋਜ਼ੀ ਰੋਟੀ ਵਾਸਤੇ, ਥੋੜ੍ਹੀ ਕਮਾਈ ਵਾਸਤੇ ਤੁਸੀਂ ਜੀਵ ਜੰਤੂਆਂ ਦਾ ਘਾਣ ਕਰ ਰਹੇ ਜੀ, ਮੱਛੀ ਜੋ ਵੀ ਕਿਤੇ ਰਾਸਤਾ ਤੱਕ ਇਹ ਪਾਣੀ ਜਾਂਦਾ ਅਤੇ ਸਾਰਾ ਉਹ ਪੀਂਦੇ ਨੇ, ਲੋਕ ਪੀਂਦੇ ਨੇ ਜਨ ਜੀਵਨ ਵਿੱਚ, ਅਤੇ ਜੇ ਉਹ ਥੋੜ੍ਹਾ ਜਿਹਾ ਜੇ ਉਹਨਾਂ ਨੂੰ ਖਰਚਾ ਆਉਣਾ ਵੀ ਹੈ ਤਾਂ ਉਹਨੂੰ ਖਰਚਾ ਕਰ ਲੈਣਾ ਚਾਹੀਦਾ, ਅਤੇ ਸਰਕਾਰ ਨੂੰ ਵੀ ਸਖਤੀ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਜੇ ਕਿਸੇ ਦੇ ਜਨ ਜੀਵਨ ਖੋ ਰਿਹਾ ਕੋਈ ਬੰਦਾ ਤਾਂ ਉਹਦੀ ਰੋਜ਼ੀ ਰੋਟੀ ਦਾ ਵੀ, ਮਤਲਬ ਜੇ ਕਿਸੇ ਦੀ ਰੋਜ਼ੀ ਰੋਟੀ ਖੋ ਗਿਆ ਆਪਣੀ ਰੋਜ਼ੀ ਤਿਆਰ ਕਰਦਾ ਤਾਂ ਉਹ ਤਾਂ ਬਹੁਤ ਨੈਤਿਕ ਤੌਰ 'ਤੇ ਉਹਦੀ ਬਹੁਤ ਗੁਨਾਹ ਕਰ ਰਿਹਾ, ਅਤੇ ਇਸ ਵਾਸਤੇ ਹੋ ਸਕਦਾ ਉਹਨੂੰ ਇੰਨਾ ਪਾਪ ਦਾ ਪਤਾ ਨਾ ਹੋਵੇ ਕਿ ਮੈਂ ਕੀ ਪਾਪ ਕਮਾ ਰਿਹਾ, ਵੀ ਮੇਰੇ ਕਾਰਖਾਨੇ ਜਿਹੜਾ ਜ਼ਹਿਰ ਜਾ ਰਿਹਾ ਉਹ ਕਿੱਥੇ ਕਿੱਥੇ ਜਾਏਗਾ ਅਤੇ ਕੌਣ ਵਰਤੇਗਾ ਅਤੇ ਕੀ ਉਹਨਾਂ ਦਾ ਅਸਰ ਹੋਏਗਾ, ਕੈਂਸਰ ਭਿਆਨਕ ਬਿਮਾਰੀਆਂ ਹੋਣਗੀਆਂ, ਉਹਦਾ ਕਿਸ ਤਰ੍ਹਾਂ ਹੋਏਗਾ। ਇਹ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਨੂੰ ਵੀ ਮਤਲਬ ਸਮਝਣਾ ਚਾਹੀਦਾ, ਜਿਹੜੇ ਇਸ ਤਰ੍ਹਾਂ ਪਾਣੀ ਪਾ ਰਹੇ ਨੇ, ਅਤੇ ਸਰਕਾਰ ਵਾਸਤੇ ਵੀ ਬਹੁਤ ਜ਼ਰੂਰੀ ਆ, ਅਤੇ ਸਰਕਾਰ ਨੂੰ ਤਾਂ ਵੈਸੇ ਨੈਤਿਕ ਤੌਰ 'ਤੇ ਜ਼ਿੰਮੇਵਾਰੀ ਬਣਦੀ ਆ, ਉਹ ਇਹਨਾਂ ਚੀਜ਼ਾਂ 'ਤੇ ਕੋਈ ਢਿੱਲ ਨਹੀਂ ਕਰਨੀ ਚਾਹੀਦੀ, ਇਹਨਾਂ 'ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਜਿੱਥੇ ਜੀਵਨ ਦਾ ਮਸਲਾ ਆ ਜਾਂਦਾ ਵਾ
ਉੱਥੇ ਉਹਨਾਂ ਨੂੰ ਬਹੁਤ ਪਾਰਦਰਸ਼ੀ ਨਾਲ ਕੰਮ ਕਰਨਾ ਚਾਹੀਦਾ। ਆਮ ਲੋਕ ਜਿਹੜੇ ਆ ਉਹ ਜ਼ਿਆਦਾਤਰ ਇਹ ਗੱਲ ਕਹਿੰਦੇ ਕਿ ਅਸੀਂ ਤਬਦੀਲੀ ਚਾਹੁੰਦੇ ਹਾਂ ਪਰ ਸਾਡੀ ਗੁੰਜਾਇਸ਼ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਅਸੀਂ ਉਸ ਪਾਸੇ ਨੂੰ ਵੱਧ ਸਕੀਏ। ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਸਾਡੇ ਕੋਲ ਸਮਾਜ ਦਾ ਸਮਰੱਥ ਹਿੱਸਾ ਹੈਗਾ ਆ ਵੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਪਹਿਲਕਦਮੀ ਜਿਹੜੀ ਆ ਉਹ ਕਰਨੀ ਚਾਹੀਦੀ ਹੈ? ਇਹ ਸਮਰੱਥਾ ਦੇਖੋ ਜੀ, ਜਿਹੜੇ ਮਤਲਬ ਕਾਰਖਾਨੇ ਵਾਲੇ ਕਿ ਜਾਂ ਆਮ ਜਨ ਜੀਵਨ ਵਾਲੇ ਜਿਹੜੇ ਬਾਹਰ ਖਾਸ ਤੌਰ ਦੇ ਉੱਪਰ ਰਹਿੰਦੇ ਆ, ਜਿਸ ਤਰ੍ਹਾਂ ਅਸੀਂ ਇੱਕ ਇਹ ਹੋਕਾ ਦਿੱਤਾ ਕਿ ਜਿਹੜੇ ਬਾਹਰ ਜਿੱਦਾਂ ਪੰਜਾਬ ਦੇ ਵਿੱਚ ਕਿਸੇ ਨੂੰ ਕਹੋ ਕਿ ਤੁਸੀਂ ਝੋਨੇ ਕਰਕੇ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ, ਉਹ ਕਹਿੰਦੇ ਕਿ ਹੋਰ ਕੋਈ ਫਸਲ ਦਾ ਮਾਰਕੀਟਿੰਗ ਨਹੀਂ ਹੈ ਜਾਂ ਸਾਨੂੰ ਉਹਦੀ ਕੀਮਤ ਦੀ ਜਾਮਨੀ ਨਹੀਂ ਹੈਗੀ। ਤਾਂ ਅਸੀਂ ਜਿਹੜੇ ਬਾਹਰ ਸਾਡੇ ਖਾਸ ਕਰਕੇ NRI ਰਹਿੰਦੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ, ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਉਪਜੀਵਿਕਾ ਆ ਉਹ ਤਾਂ ਕਿਸੇ ਤਰ੍ਹਾਂ ਦੇ ਨਾਲ ਪੰਜਾਬ ਤੋਂ ਜਾਣ ਵਾਲੇ ਠੇਕੇ ਜਾਂ ਇਸ ਜ਼ਮੀਨ 'ਤੇ ਲੱਗਣ ਵਾਲੇ ਝੋਨੇ ਦੇ ਉੱਪਰ ਨਿਰਭਰ ਨਹੀਂ ਹੈਗੀ ਵੀ ਤੁਸੀਂ ਘੱਟੋ ਘੱਟ ਆਪਣੀ ਜ਼ਮੀਨ ਜਿਹੜੀ ਆ ਉਹ ਝੋਨਾ ਮੁਕਤ ਕਰੋ, ਉਹਦੇ 'ਚੋਂ ਕੁਛ ਹਿੱਸਾ ਜਿਹੜਾ ਆ ਉਹਨੂੰ ਤਾਂ ਬਣ ਦੇ ਵਿੱਚ ਤਬਦੀਲ ਕਰੋ। ਸੋ ਇਸ ਤਰ੍ਹਾਂ ਦਾ ਇੱਕ ਮਤਲਬ ਉੱਦਮ ਅਸੀਂ ਕੀਤਾ। ਤੁਹਾਨੂੰ ਲੱਗਦਾ ਕਿ ਜਿਹੜਾ ਸਮਰੱਥ ਹਿੱਸਾ ਹੈਗਾ ਆ ਜਿਨ੍ਹਾਂ ਦੀ ਉਪਜੀਵਿਕਾ ਖੇਤੀ ਦੇ ਉੱਪਰ ਨਿਰਭਰ ਨਹੀਂ ਹੈਗੀ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਪਹਿਲਕਦਮੀ ਕਰਨੀ ਚਾਹੀਦੀ? ਉਹ ਤਾਂ ਵੇਖੋ ਜੀ, ਵਣ ਦੇ ਵਿੱਚ ਵੀ ਜੇ ਬਾਗਾਂ ਵਿੱਚ ਵੀ ਲੈ ਆਉਣ, ਹੁਣ ਜੇ ਬਾਗ ਆਪਾਂ ਨਾਖਦਾ ਰਹੇ ਸੀਗੇ 4-5 ਸਾਲ ਸਾਨੂੰ ਆਮਦਨ ਨਹੀਂ ਹੋਵੇਗੀ, ਘੱਟ ਹੋਵੇਗੀ, ਪਰ ਉਸ ਤੋਂ ਬਾਅਦ ਜਿਹੜਾ ਆਮ ਠੇਕੇ ਦਾ 50,000 ਚੜ੍ਹਦਾ ਉਹ 1-1.25 ਲੱਖ ਉਹਦੀ ਆਮਦਨੀ ਵਧੇਗੀ, ਵੈਸੇ ਪਰ ਵਧੇਗੀ 2-4 ਸਾਲ ਲੋਕੇ ਜੇ ਉਹ ਬਾਗਾਂ ਦੀ ਖੇਤੀ 'ਚ ਲੈ ਆਉਣ, ਕਿਉਂਕਿ ਉਹਨਾਂ ਦੇ ਉਹ ਤਾਂ ਆਪਣੇ ਪੈਰੈਂਟਸ ਰਹਿ ਗਏ, ਉਹਨਾਂ ਨੂੰ ਬਹੁਤੀ ਲੋੜ ਨਹੀਂ, 2-4 ਸਾਲ ਉਹਨੂੰ ਬਹੁਤਾ ਨਾ ਵੀ ਲਾਭ ਮਿਲੇਗਾ, ਅਤੇ ਉਹ ਇਹ ਬੜੀ ਵੱਡੀ ਸਮਝੋ ਵੀ ਸੇਵਾ ਕਰਨਗੇ ਜੋ NRI ਵੀਰ ਜੀ ਜ਼ਮੀਨ ਆ ਇੱਥੇ ਉਹਨਾਂ ਦੀ ਆਪਣਾ ਬਾਗਾਂ ਦੀ ਖੇਤੀ ਲੈ ਆਉਣ, ਖਾਸ ਕਰਕੇ ਨਾਖ ਵਰਗੇ, ਕਿਉਂਕਿ ਦੂਜੇ ਬਾਗ ਵੀ ਆਪਾਂ ਅਮਰੂਦ ਆ ਸੰਤਰਾ ਜਾਂ ਕਿਨੂੰ ਉਹ 10-15 ਸਾਲ ਤੋਂ ਬਾਅਦ ਉਹ ਖਰਾਬ ਹੋ ਜਾਂਦਾ, ਉਹਨੂੰ ਮੁੜ ਕੇ ਦੁਬਾਰਾ ਬਦਲਣਾ ਪੈਂਦਾ, ਫਿਰ ਉਹਨੂੰ ਵੱਢੋ ਸੁੱਢੋ ਕਰਨਾ ਪੈਂਦਾ। ਅਤੇ ਨਾਖ ਵਰਗਾ ਐਸੇ ਬਾਗ ਜਿਹੜਾ ਕਿ ਉਹ 100-150-200 ਸਾਲ ਤੱਕ ਵੀ ਚੱਲ ਸਕਦਾ, ਕੋਈ ਇੱਕ ਨੂੰ ਲੱਗਾ ਹੋਵੇ ਅਤੇ ਉਹਨੂੰ ਉਹਦੇ ਵਿੱਚ ਬਾਗਾਂ ਦੇ ਅਧੀਨ ਲਿਆਂਦਾ ਜਾਵੇ, ਅਤੇ ਇੱਕ ਤਾਂ ਜ਼ਮੀਨ ਦੀ ਵੀ ਉਪਜਾਊ ਹੋਊਗੀ, ਜਿਹੜਾ ਦਰਖਤ ਚੜ੍ਹਗੇ ਬਾਰਿਸ਼ ਦਾ ਪਾਣੀ ਵੀ ਜਲਦੀ ਥੱਲੇ ਜਾਵੇਗਾ, ਇੱਕ ਉਹ ਵਾਤਾਵਰਨ ਨੂੰ ਸ਼ੁੱਧ ਕਰੇਗਾ, ਇੱਕ ਉਹਦੀ ਆਮਦਨ ਵੀ ਦੂਜੀ ਠੇਕੇ ਦੇ ਨਾਲੋਂ ਜ਼ਿਆਦਾ ਹੋਵੇਗੀ, ਇੱਕ ਉਹ ਪਾਣੀ ਵੀ ਜਿਹੜਾ ਝੋਨੇ ਉਹ ਘੱਟ ਲਵੇਗਾ, ਇਹ ਖਾਦ ਵੀ ਉਹ ਬਹੁਤ ਘੱਟ ਲਵੇਗਾ। ਇਹ ਸਾਰੇ ਕਾਰਜ ਇਹਦੇ ਵਿੱਚ ਬਹੁਤ ਵੱਡੀ ਉਹਨਾਂ ਨੇ, ਅਤੇ ਜੇਕਰ ਉਹ ਥੋੜ੍ਹਾ ਬਹੁਤਾ ਜੇ 10 ਕਿੱਲੇ ਹੈਗੇ ਤਾਂ ਜੇ 1/2 ਕਿੱਲਾ ਕਨਾਲ 2 ਕਨਾਲ ਉਹ ਜੰਗਲ ਦੇ ਝਿੜੀ ਦੇ ਵਿੱਚ ਵੀ ਤਬਦੀਲ ਕਰ ਦੇਣ ਥੋੜ੍ਹਾ ਜਿਹਾ, ਉਹ ਜੋ ਜਿਹੜੇ ਜੀਵ ਜੰਤੂ ਨੇ ਵਿਚਾਰੇ 84 ਲੱਖ ਦੇ ਦੌੜੇ ਫਿਰਦੇ ਨੇ, ਖਰਗੋਸ਼ ਨੇ, ਮੋਰ ਨੇ, ਜਾਂ ਹੋਰ ਬੜੇ ਵਿਚਾਰੇ ਜਿਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ, ਇੱਕ ਉਹਨਾਂ ਨੂੰ ਜਗ੍ਹਾ ਮਿਲ ਜੀ, ਇੱਕ ਉਹਦੇ 'ਚ ਉਹਦੇ 'ਚ ਜਿਹੜਾ ਦਰਖਤ ਹੋਣ ਗਏ ਉਹ ਵਾਤਾਵਰਨ ਸ਼ੁੱਧ ਕਰਨਗੇ, ਇੱਕ ਉਹਨਾਂ ਦਾ ਪਰਿੰਦਿਆਂ ਦਾ ਵਿਚਾਰਿਆਂ ਦਾ ਘਰ ਬਣ ਜੂਗਾ, ਉਹ ਵੀ ਸੀਸਾ ਦੇਣਗੇ ਬੈਠਿਆਂ ਬਾਹਰ ਨੂੰ। ਇਹ ਅਸੀਂ ਆਪਣਾ ਤਾਂ ਸੁੱਖ ਦੁੱਖ ਸੁਣਦੇ, ਪਰ ਕਿਸੇ ਦਾ ਖਾਸ ਕਰਕੇ ਉਹ ਜੀਵ ਜੰਤੂਆਂ ਦਾ ਅਸੀਂ ਦੁੱਖ ਸੁੱਖ ਨਹੀਂ ਸਮਝਦੇ ਵੀ ਜਦੋਂ ਅੱਗਾਂ ਲਾਉਂਦੇ ਜ਼ਿਮੀਂਦਾਰ ਉਦੋਂ ਪਤਾ ਨੂੰ ਕਿਹੜੇ ਹਾਲ 'ਚ ਮਰਦੇ ਨੇ, ਸੜਦੇ ਨੇ, ਕਿਤਨਾ ਘੇਰੇ 'ਚ ਆਉਂਦੇ ਨੇ, ਉਹ ਕਿਤਨਾ ਪ੍ਰਜਾਤੀਆਂ ਖਤਮ ਹੋ ਰਹੀਆਂ। ਉਹਨਾਂ ਨੂੰ ਜਿਹੋ ਜਿਹੇ ਥੋੜ੍ਹੇ ਬਹੁਤੇ ਜੇ 10-20 ਏਕੜ ਕਿਸੇ ਦੇ ਹੈਗੇ ਤਾਂ ਉਹਨੂੰ 1/2 ਕਿੱਲਾ ਕਨਾਲ 2 ਗਲ ਝਿੜੀ ਜੰਗਲ ਲੱਗ ਜੇ, ਬਾਕੀ ਬਾਗ ਲੱਗ ਜੇ, ਉਹ ਸਾਰਾ ਚੀਜ਼ ਸੋਨੇ ਸੁਹਾਗੇ ਗੱਲ ਹੋ ਜਾਏਗੀ। ਉਹਨੇ ਬਹੁਤ ਵੱਡੀ ਸੇਵਾ ਹੋਵੇਗੀ ਪੰਜਾਬ ਵਾਸਤੇ, ਮਨੁੱਖਤਾ ਵਾਸਤੇ ਨਹੀਂ, ਇਹ ਸਮੁੱਚੀ ਮਤਲਬ ਬ੍ਰਹਿਮੰਡ ਵਾਸਤੇ ਹੋਵੇਗੀ, ਇਹ ਉਹਦੀ ਜਿਹੜੀ ਸ਼ੁੱਧ ਹਵਾ ਹੋਵੇਗੀ ਅਤੇ ਬਾਗ ਦੀ, ਉਹ ਬਹੁਤ ਵੱਡੀ ਸੇਵਾ ਕਰ ਸਕਦੇ, ਬਾਹਰ ਬੈਠੇ ਵੀ ਕਰ ਸਕਦੇ ਨੇ, ਉਹਨਾਂ ਨੂੰ ਆਮਦਨ ਵੀ ਦਾ ਵੀ ਕੋਈ ਨਹੀਂ ਫਰਕ ਪਵੇਗਾ, ਕਿਉਂਕਿ ਪਰ 2-4 ਸਾਲ ਤੋਂ ਬਾਅਦ ਸਗੋਂ ਦੂਣੀ ਹੋਵੇਗੀ, ਅਤੇ ਇਹ ਬਹੁਤ ਵੱਡੀ ਸੇਵਾ ਕਰ ਸਕਦੇ ਨੇ। ਅਤੇ ਬਾਬਾ ਜੀ, ਇਸ ਉਪਰਾਲੇ ਦੇ ਤਹਿਤ ਅੱਗੇ ਵੀ ਜਦੋਂ ਜ਼ਰੂਰਤ ਹੋਊਗੀ ਜਾਂ ਇਹ ਲੋੜ ਮਹਿਸੂਸ ਹੋਊਗੀ ਤੁਹਾਡੀ ਅਗਵਾਈ ਜਾਂ ਤੁਹਾਡੀ ਜਿਹੜੀ ਦ੍ਰਿਸ਼ਟੀ ਆ ਉਹ ਲੈਣ ਦੇ ਵਾਸਤੇ ਗੱਲਬਾਤ ਅਸੀਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।